ਤੈਨੂੰ ਕਹਿੰਦੇ ਸ਼ੈਰੀਡਨ ਬੈਕਅਪ ਲਾ ਦੇ ਸੋਣੀ ਬੈਠੇ ਜਿੱਦਨ ਨੂੰ ਜਿਹੜਾ ਵੀ ਕੰਮ ਕਰਨ ਜਾਈਦਾ ਜਾਂ ਸਮੋਸਰ ਦੀ ਸਪੈਨ ਲੈ ਪੈਣੀ ਜਾਂ ਬਾਰਿਸ਼ ਇੰਡੀਗੋ ਜੇ ਕਿਨੇ ਫਲਾਈਟ ਲੈਣੀ ਬ੍ਰੇਕਫਾਸਟ ਹੋ ਗਿਆ ਤਾਂ ਤੇ ਅੱਜ ਅਫੀਸ਼ੀਅਲੀ ਸੈਕਿੰਡ ਵੀਕ ਸਟਾਰਟ ਹੋ ਗਿਆ ਕੈਨੇਡਾ 'ਚ ਅਤੇ ਪਿਛਲੇ ਕੁਛ ਟਾਈਮ ਤੋਂ ਵਲੋਗ ਵਗੈਰਾ ਵੀ ਨਹੀਂ ਕੀਤਾ ਬਿਕੋਜ਼ ਥੋੜ੍ਹਾ ਬਿਜ਼ੀ ਸੀ ਆਪਣੇ ਸਕੈਜੂਲ ਵਗੈਰਾ ਨੂੰ ਲੈ ਕੇ ਬਿਕੋਜ਼ ਤੁਹਾਡੇ ਜੇ ਕੰਮ ਸੀ ਜਿਵੇਂ ਸਿਨ ਨੰਬਰ ਲੈਣਾ ਹੁੰਦਾ ਬੈਂਕ ਅਕਾਊਂਟ ਡਰਾਈਵਿੰਗ ਲਾਇਸੈਂਸ ਇਹੋ ਜਿਹੇ ਕੰਮਾਂ 'ਚ ਬਿਜ਼ੀ ਰਹੇ ਸੋ ਦੈਟ ਵਲੋਗ ਨਹੀਂ ਕੀਤਾ ਗਿਆ ਅਤੇ ਜਰਨੀ ਵਾਲਾ ਵਲੋਗ ਆਈ ਹੋਪ ਸੋ ਤੁਸੀਂ ਦੇਖ ਰਹੇ ਹੋਗਾ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਹੋਊਗਾ ਤਾਂ ਲਾਈਕ ਜ਼ਰੂਰ ਕਰਿਓ ਸ਼ੇਅਰ ਕਰਿਓ ਅਤੇ ਅੱਜ ਆਪਾਂ ਚੱਲੇ ਸ਼ੈਰੀਡਨ ਕੋਲਜ ਫੋਰ ਰਜਿਸਟਰੇਸ਼ਨ ਅਤੇ ਅੱਜ ਤੁਹਾਨੂੰ ਨਾਲੇ ਦਿਖਾਉਂਦੇ ਹਾਂ ਕਿ ਮੌਲ ਚੱਲ ਸਾਰਾ ਕੁਛ ਜੋ ਵੀ ਹੋਊਗਾ ਪ੍ਰੋਸੈਸ ਅੱਗੇ ਤੁਹਾਨੂੰ ਦੱਸੂੰਗਾ ਵੀਡੀਓ ਵੇਖਦੇ ਰਹੋ ਨੈੱਟ ਲਾਇਆ ਸੀ ਕੱਲ੍ਹ ਬੈਡਮਿੰਟਨ ਖੇਡਦੇ ਪਏ ਸੀ ਬਿਕੋਜ਼ ਜੋਬ ਵਗੈਰਾ ਮਿਲੀ ਨਹੀਂ ਆ ਸੋ ਦੈਟ ਫਰੀ ਹੋਈ ਦਾ ਮੋਸਟਲੀ ਕਦੀ ਬੈਡਮਿੰਟਨ ਖੇਡ ਲਈ ਕਦੀ ਸਕੂਲ ਖੇਡ ਲਈ ਜਾਂ ਟਾਈਮ ਪਾਸ ਹੋ ਜਾਂਦਾ ਬਾਕੀ ਅੱਜ ਦਾ ਵੈਦਰ ਚੈੱਕ ਕਰੋ ਥੋੜ੍ਹਾ ਜਿਹਾ ਫੋਗੀ ਜਿਹਾ ਆ ਸੋ ਥੋੜ੍ਹਾ ਠੰਡਾ ਆ ਅੱਜ ਦਾ ਵੈਦਰ ਬਾਕੀ ਜੈਕਟ ਮੈਂ ਆਪਣੀ ਕੈਰੀ ਕਰ ਲਈ ਇੱਥੇ ਕਿਉਂਕਿ ਵੈਦਰ ਦਾ ਇੱਕ ਪਤਾ ਨਹੀਂ ਲੱਗਦਾ ਮੈਂ ਲਾਸਟ 2 ਵੀਕ ਤੋਂ ਵੇਖਿਆ ਅਗਰ ਸਵੇਰ ਮੋਰਨਿੰਗ 'ਚ ਥੋੜ੍ਹੀ ਧੁੱਪ ਵੀ ਹੁੰਦੀ ਹੈ ਤੁਸੀਂ ਬਾਹਰ ਜਾਂਦੇ ਜਿਹੜੇ ਕਦੋਂ ਪਤਾ ਨਹੀਂ ਲੱਗਦਾ ਤੁਹਾਨੂੰ ਕਦੋਂ ਮੀਂਹ ਪੈਣ ਲੱਗ ਜਾਂਦਾ ਸੋ ਦੈਟ ਆਪਾਂ ਅੰਬਰੇਲਾ ਵਗੈਰਾ ਸਾਰਾ ਕੁਛ ਕਹਿ ਦਿੰਦੇ ਹਾਂ ਕਿ ਨਾਲ ਚੱਲੀ ਹੈ ਬਾਕੀ ਸਭ ਤੋਂ ਘੈਂਟ ਗੱਲ ਵਾਈਟ ਸ਼ੂਜ਼ ਹਜੇ ਤੱਕ ਮੈਂ ਕਰੀਮ ਨਹੀਂ ਵਾਸ਼ ਕੀਤੇ ਅਤੇ ਹਜੇ ਗੰਦੇ ਹੀ ਨਹੀਂ ਹੋਏ ਮੇਰੇ ਵਾਈਟ ਸ਼ੂਜ਼ ਕਿਹੜੀਆਂ ਚੰਦੇ ਇਹੋ ਚੀਜ਼ ਅਤੇ ਆਈ ਥਿੰਕ ਬਾਹਰ 2 ਜਾਂ 3 ਵਾਰੀ ਪੈ ਬਾਕੀ ਜੋ ਇੱਥੋਂ ਦਾ ਪ੍ਰੋਸੈਸ ਆ ਆਪਣਾ ਅਗਰ ਕਿਤੇ ਵੀ ਤੁਸੀਂ ਕੋਈ ਕੰਮ ਜਾਣਾ ਲਾਈਕ ਬੈਂਕ ਜਾਣਾ ਵਾ ਜਾਂ ਆਪਣਾ ਕੋਈ ਡਾਕਟਰ ਕੋਲ ਜਾਣਾ ਵਾ ਹਰ ਚੀਜ਼ ਦੀ ਨਾ ਇੱਥੇ ਅਪੁਆਇੰਟਮੈਂਟ ਬੁੱਕ ਕਰਨੀ ਪੈਂਦੀ ਆ ਸੋ ਦੈਟ ਉਹ ਮੈਨੂੰ ਥੋੜ੍ਹਾ ਨੈਗੇਟਿਵ ਪੁਆਇੰਟ ਲੱਗਾ ਤੁਹਾਡਾ ਟਾਈਮ ਬਹੁਤ ਵੇਸਟ ਹੁੰਦਾ ਵਾ ਅਤੇ ਜਿੱਦਣ ਫਸਟ ਡੇ ਅਸੀਂ ਆਏ ਸਿਨ ਨੰਬਰ ਲੈਣ ਉਦਣ ਵੀ ਸਾਨੂੰ ਆਲਮੋਸਟ ਆਈ ਥਿੰਕ 4 ਐਂਡ 4 ਐਂਡ ਹਾਫ ਆਰ ਲਾਈਨ 'ਚ ਵੇਟ ਕਰਨਾ ਪਿਆ ਸੀ ਜਸਟ ਸਾਡੇ ਅੱਗੇ 10 ਕੈਂਡੀਡੇਟ ਸੀ ਸੋ ਦੈਟ ਇੰਨੇ ਜਾਣਿਆਂ ਨੂੰ ਬਹੁਤ ਟਾਈਮ ਵੇਟ ਕਰਾਉਂਦੇ ਯਾਨੀ ਪ੍ਰੋਸੈਸ ਥੋੜ੍ਹਾ ਜਿਹਾ ਸਲੋ ਆ ਇੱਥੇ ਬਾਕੀ ਬਟ ਵੈਦਰ ਵਗੈਰਾ ਵੀ ਦੇਖਦੇ ਸੀ ਸਾਡੇ ਸਾਰਾ ਆਈ ਥਿੰਕ ਕੈਨੇਡਾ ਦਾ ਆਈ ਥਿੰਕ ਸਭ ਤੋਂ ਵੱਡਾ ਮੋਲ ਆ ਉਹ ਵੀ ਵਿਜ਼ਿਟ ਕਰਾਂਗੇ ਅਤੇ ਤੁਹਾਨੂੰ ਦਿਖਾਊਂਗਾ ਵੀਡੀਓ ਨੂੰ ਬਸ ਦੇਖਦੇ ਰਹੋ ਜੇ ਮੈਨੂੰ ਇੰਸਟਾਗ੍ਰਾਮ ਹੈਂਡਲ ਦਾ ਲਿੰਕ ਦਿੱਤਾ ਤੁਸੀਂ ਅੱਗੇ ਜ਼ਰੂਰ ਫੋਲੋ ਕਰਿਓ ਮੈਂ ਜ਼ਿਆਦਾ ਮੋਸਟਲੀ ਜ਼ਿਆਦਾ ਐਕਟਿਵ ਹੁੰਦਾ ਵਾ ਅਤੇ ਰੀਲਸ ਵਗੈਰਾ ਦੇਖ ਲਿਓ ਅਤੇ ਉਹ ਸਾਰੀ ਜਲਦੀ ਅਪਡੇਟ ਆ ਤੁਹਾਨੂੰ ਇੰਸਟਾਗ੍ਰਾਮ 'ਤੇ ਮਿਲੂ ਬਾਕੀ ਇੱਥੇ ਯਾਰ ਕਿ ਸਕੈਜੂਲ ਯਾਰ ਇੰਨਾ ਬਿਜ਼ੀ ਹੋ ਜਾਂਦਾ ਨਾ ਹਜੇ ਤੱਕ ਜਿਹੜਾ ਲਾਸਟ ਵਲੌਗ ਤੁਸੀਂ ਦੇਖਿਆ ਹੋਊਗਾ ਇੰਡੀਆ ਟੂ ਕੈਨੇਡਾ ਜਰਨੀ ਵਾਲਾ ਉਹ ਐਡਿਟ ਕਰਨ ਦਾ ਟਾਈਮ ਨਹੀਂ ਹਜੇ ਤੱਕ ਲੱਗਾ ਹਜੇ ਬੇਸਿਕਲੀ ਕੀ ਹਜੇ ਮੇਰੇ ਕੋਲ ਨਾ ਜੋਬ ਆ ਨਾ ਕੁਛ ਆ ਮੈਂ ਮੋਸਟਲੀ ਵਿਹਲਾ ਰਹਿੰਦਾ ਬਟ ਇੱਥੇ ਮੋਸਟਲੀ ਦਿਨ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿਵੇਂ ਤੁਸੀਂ ਸਪੈਂਡ ਕਰ ਲੈਂਦੇ ਜੇ ਇੱਕ ਇੱਥੇ ਰਾਤ ਵੀ ਹਜੇ ਲੇਟ ਹੁੰਦੀ ਆ ਆਈ ਥਿੰਕ ਜਿਹੜਾ ਹਨੇਰਾ ਵਾ ਆਲਮੋਸਟ 8:30 ਤੋਂ 9 ਵਜੇ ਜਾ ਕੇ ਹੁੰਦਾ ਤਾਂ ਵੀ ਨਹੀਂ ਬਟ ਟਾਈਮ ਲੱਗਦਾ ਮੋਰਨਿੰਗ ਵੀ ਛੇਤੀ ਹੋ ਜਾਂਦੀ ਸੂਰਜ ਨਿਕਲ ਆਉਂਦਾ ਉਹ ਇੱਥੇ ਮੋਸਟਲੀ ਲਾਈਫ ਥੋੜ੍ਹੀ ਬਿਜ਼ੀ ਬਿਜ਼ੀ ਜੀ ਆ ਜੀ ਕਲਾਸ ਜੀ ਟੀ ਰੋਡ ਜਾਮ ਕਰੇ ਸੋਹਣੀਏ ਕਹਿੰਦਾ ਕੁੜੀ ਕਹਿੰਦੀ ਬੇਬੀ ਪਹਿਲਾਂ ਜਗਵਾਰ ਲੈ ਲਓ ਫਿਰ ਜਿੰਨਾ ਮਰਜ਼ੀ ਪਿਆਰ ਲੈ ਲਓ ਠੀਕ ਹੈ ਲੋਡ ਵੀ ਇੱਥੋਂ ਕਰ ਸਕਦੇ ਹਾਂ ਕਾਰਡ ਸਮਰੀ ਪਰਚੇਜ਼ ਨਹੀਂ ਕਰ ਸਕਦੇ ਇੱਥੇ ਇਹਨਾਂ ਨੇ ਮਸ਼ੀਨ ਲਾਈਆਂ ਹੋਈਆਂ ਇੱਥੋਂ ਤੁਸੀਂ ਆਪਣੇ ਪ੍ਰੈਸਟੋ ਕਾਰਡ ਬਣਾ ਸਕਦੇ ਜਿੱਥੇ ਤੁਸੀਂ ਟਰੈਵਲ ਕਰਨਾ ਹੁੰਦਾ ਨਾਲ ਹਰ ਜਗ੍ਹਾ ਸਕਰੀਨ 'ਤੇ ਲੱਗੀਆਂ ਤੁਸੀਂ ਇੱਥੋਂ ਆਪਣੇ ਬੱਸ ਰੂਟ ਦੇਖ ਸਕਦੇ ਬਸ ਗੂਗਲ ਮੈਪ 'ਤੇ ਵੀ ਇੱਥੇ ਸਾਰਾ ਕੁਛ ਮਿਲ ਜਾਂਦਾ ਐਂਡ ਆਹ ਮਸ਼ੀਨ ਨਾਲ ਹੀ ਤੁਸੀਂ ਆਪਣਾ ਪ੍ਰੈਸਟੋ ਕਾਰਡ ਰੀਚਾਰਜ ਵੀ ਕਰ ਸਕਦੇ ਜੀ ਬਸ ਹੁਣ ਅਸੀਂ ਗੱਲ ਮੋਰਨਿੰਗ ਕਰਕੇ ਜਾਂਦਾ ਪ੍ਰੈਸਟੋ ਕਾਰਡ ਨਹੀਂ ਭਰਦੇ ਪਏ ਜਾਂ ਮੇ ਬੀ ਓਲਡ ਮਸ਼ੀਨ ਤੋਂ ਹੋਣਗੀਆਂ ਲੋਕ ਪ੍ਰੈਸਟੋ ਕਾਰਡ 'ਤੇ ਨਹੀਂ ਬਣ ਸਕਦਾ ਬਾਕੀ ਮੈਂ ਪਹਿਲਾਂ ਜਾ ਕੇ ਬਣਾ ਲਿਆ ਗੋ ਬੱਸ ਆਉਣੀ 38 ਨੰਬਰ ਆ 7 ਪਲੈਟਫੋਰਮ 'ਤੇ ਇਹ ਗੋ ਬੱਸ ਇਸ ਤਰ੍ਹਾਂ ਸਮਝ ਲਓ ਇੰਡੋ ਕਨੇਡੀਅਨ ਆ ਸਭ ਤੋਂ ਜ਼ਿਆਦਾ ਲਗਜ਼ੂਰੀਅਸਟ ਬੱਸ ਹੁੰਦੀ ਆ ਆਹ ਗੋ ਬੱਸ ਬਾਕੀ ਇੱਥੇ ਦੂਜੀਆਂ ਵੀ ਲੱਗੀਆਂ ਨੇ ਬਰੈਂਪਟਨ ਟ੍ਰਾਂਸਿਸਟ ਉਹ ਹੁਣ ਹੈ ਨਹੀਂ ਆ ਇਹਨੂੰ ਹੀ ਸਮਝ ਲਓ ਵੀ ਇੱਥੋਂ ਦੀ ਸਭ ਤੋਂ ਮਤਲਬ ਪ੍ਰਾਈਵੇਟ ਕੰਪਨੀ ਆ ਅਤੇ
ਕੰਫਰਟ ਵਾਈਜ਼ ਵੀ ਸਭ ਤੋਂ ਜ਼ਿਆਦਾ ਵਧੀਆ ਗੋ ਬੱਸ ਵੀ ਮੰਨੀ ਜਾਂਦੀ ਹੈ। ਪਲੱਸ ਇਹ ਆਲ ਓਵਰ ਕੈਨੇਡਾ ਚੱਲਦੀਆਂ ਜਿਹੜੀਆਂ ਬ੍ਰੈਂਟਨ ਟ੍ਰਾਂਸਲਿਸਟ ਜਾਂ TTC ਚੱਲਦੀਆਂ ਉਹ ਜਸਟ ਪ੍ਰੋਵਿੰਸ ਵਾਈਜ਼ ਵੀ ਚੱਲਦੀਆਂ ਬੱਸਾਂ ਵਾਲੀਆਂ। ਤਾਂ ਵੱਡੀ ਪ੍ਰੋਬਲਮ ਆ ਬੱਸ ਸਟੇਸ਼ਨ ਦੀ, ਹੁਣ ਵੀ ਮੈਂ ਅੰਦਰ ਗਿਆ ਸੀ, ਸਿਗਰਟ ਦੀ ਬਹੁਤ ਸਮੈਲ ਆਉਂਦੀ ਯਾਰ, ਇੰਨਾ ਅਨਕੰਫਰਟੇਬਲ ਜਿਹਾ ਹੋ ਜਾਂਦਾ ਨਾ ਸਿਗਰਟ ਦੇ ਵਿੱਚ ਅੰਦਰ ਜਾਣਾ। ਹੁਣ ਬਾਹਰ ਮੈਨੂੰ ਠੰਡ ਲੱਗਦੀ ਪਈ ਹੈ, ਅੰਦਰ ਜਾਂਦਾ ਮੈਨੂੰ ਸਮੈਲ, ਮੇਰਾ ਥੋੜ੍ਹਾ ਜਿਹਾ ਇੱਦਾਂ ਦਾ ਹਿਸਾਬ ਕਿਤਾਬ ਵੀ ਨਹੀਂ ਮੇਰੇ ਕੋਲ ਸਮੈਲ ਬਰਦਾਸ਼ਤ ਹੁੰਦੀ। ਸੋ ਦੈਟ ਬਹੁਤ ਡਿਫੀਕਲਟ, ਇਹ ਚੀਜ਼ਾਂ ਦੀਆਂ ਕੁਛ ਮੁਸ਼ਕਲਾਂ ਇੱਥੇ ਹੈਗੀਆਂ ਆ। ਬਹੁਤ ਹਰ ਜਗ੍ਹਾ 'ਤੇ ਜਿੱਥੇ ਚਲ ਜਾਓ ਤੁਹਾਨੂੰ ਸਿਗਰਟ ਦੀ ਸਮੈਲ ਆਉਂਦੀ ਆਉਂਦੀ ਆ। ਆਹ ਬਾਕੀ ਹੈਗੀ ਜਿਹੜੀ ਆ ਬ੍ਰੈਂਪਟਨ ਟ੍ਰਾਂਸਲਿਸਟ ਜ਼ੂਮ ਬੱਸ, ਅਤੇ ਬਟ ਆਪਾਂ ਇਹਦੇ 'ਚ ਟਰੈਵਲ ਨਹੀਂ ਕਰਨਾ। ਇਹ ਸਭ ਤੋਂ ਘਟੀਆ ਸੀਟਾਂ ਇਹਨਾਂ ਦੀਆਂ ਵਾ, ਕਿਉਂਕਿ ਲਾਸਟ ਟਾਈਮ ਮੈਂ TTC 'ਚ ਟਰੈਵਲ ਕੀਤਾ ਸੀ ਜਦੋਂ ਮੈਂ ਆਪਣੇ ਕਾਲਜ ਗਿਆ ਸੀ, ਉਦੋਂ ਮਤਲਬ ਇਹਨਾਂ ਦੀਆਂ ਸੀਟਾਂ ਦੇ ਆਲਮੋਸਟ ਜਿੱਦਾਂ ਆਪਣੇ ਉੱਥੇ ਮੈਟਰੋ ਬੱਸ ਅੰਮ੍ਰਿਤਸਰ ਵਾਲੀ ਆ ਸੇਮ ਉੱਦਾਂ ਦੀਆਂ ਸੀਟਾਂ ਹੀ ਆ ਇਹਨਾਂ 'ਚ, ਮਤਲਬ ਕੰਫਰਟ ਵਾਈਜ਼ ਬਿਲਕੁਲ ਜ਼ੀਰੋ ਆ। ਇੱਧਰ ਬਾਕੀ ਪਲਾਜ਼ਾ ਵਾ, ਮੈਂ ਆਪਣੀ ਜਿਹੜੀ ਸਿਮ ਲਿਆਂਦੀ ਸੀ ਉਹ ਇਸੇ ਸੇਮ ਪਲਾਜ਼ੇ 'ਚੋਂ ਲੈ ਕੇ ਆਇਆ ਸੀ। ਇੱਥੋਂ ਵੇਖਣ ਛੋਟਾ ਲੱਗਦਾ ਪਿਆ ਬਿਕੋਜ਼ ਇਹ ਬੈਕ ਸਾਈਡ ਆ, ਕਾਫੀ ਓਲ ਦਾ ਵੇ ਉੱਧਰ ਪਲਾਜ਼ਾ ਏ ਵੱਡਾ ਕਾਫੀ। ਬਟ ਇਹ ਆ ਵੀ ਫਿਰ ਤੁਹਾਨੂੰ ਗੱਲ ਇਹ, ਤੁਹਾਨੂੰ ਆਪਣੀ ਕਾਰ ਕਨਵੀਨਸ ਹੋਣੀ ਚਾਹੀਦੀ ਆ ਹਰ ਜਗ੍ਹਾ ਨੂੰ ਟਰੈਵਲ ਕਰਨ ਲਈ, ਕਿਉਂਕਿ ਕਾਫੀ ਚੀਜ਼ਾਂ ਇੱਥੇ ਦੂਰ ਦੂਰ ਆ। ਹੁਣ ਅਸੀਂ ਆਪਣੀ ਜੀ ਕਾਰ 'ਤੇ ਆਏ ਸੀ, ਉਹ ਉੱਧਰ ਪਾਰਕਿੰਗ 'ਚ ਲਾਈ ਹੈ ਕਾਫੀ ਅੱਗੇ ਆਉਂਦਾ ਵੇ, ਅਤੇ ਦੈਨ ਇੱਥੋਂ ਵੀ ਆਣ ਕੇ ਸਾਨੂੰ ਤੁਰ ਕੇ ਬੱਸ ਲੈਣੀ ਪੈਂਦੀ ਹੈ। ਸਾਡੀ ਇੱਕ ਬੱਸ ਮਿਸ ਕਰ ਚੁੱਕਿਆ, ਹੁਣ ਆਹ ਵਾਲੀ ਚੱਕਣੀ ਹੈ 21B। ਸ਼ੈਰੀਡਨ ਕਾਲਜ, ਇਹਨੂੰ ਕਹਿੰਦੇ ਸ਼ੈਰੀਡਨ ਬੈਕ ਪਲਾਜ਼ੇ, ਸੋਹਣੀ ਹੈ ਜੀ, ਬਿਨਾਂ ਛੱਤ ਤੋਂ ਦਫ਼ਤਰ ਯਾਰਾਂ ਦਾ। ਆਈ ਐਮ ਜੈਲਸ ਕਿ ਮੇਰਾ ਇਹ ਕਾਲਜ ਹੋਣਾ ਚਾਹੀਦਾ ਸੀ। ਕੈਂਪਸ ਟੂਰ ਸ਼ੈਰੀਡਨ ਕਾਲਜ ਦਾ, ਕਿੱਥੇ ਤੁਹਾਨੂੰ 1x1 ਜਾਣਾ ਪੈਂਦਾ। ਇਹ ਹਿੰਦੂ ਜੀ ਬਿਲਡਿੰਗ 'ਚ ਆ ਗਏ ਸੀ, ਬੇਸਿਕਲੀ ਤੁਹਾਨੂੰ ਉਹ ਵਾਲੀ ਬਿਲਡਿੰਗ 'ਚ ਜਾਣਾ ਵਾ। ਸਾਹਮਣੇ ਸਕੁਏਅਰ 1 ਮੋਲ, ਇੱਥੇ ਮੋਲ ਦੀ ਮੈਂ ਗੱਲ ਕਰਦਾ ਰਿਹਾ ਜਿਹੜਾ ਕੈਨੇਡਾ ਸਭ ਤੋਂ ਵੱਡਾ ਮੋਲ ਆ। ਅਜੇ ਬਾਹਰ ਜਾ ਕੇ ਤੇਰਾ ਮੋਲ ਦਾ ਵੀ ਕਾਲਜ ਦੀ ਬਿਲਡਿੰਗ ਵੀ ਵੱਡਾ, ਵੈਸੇ ਤਾਂ ਕਾਲਜ ਵੀ ਮੋਲ ਦੀ ਫੈਸਿਲਿਟੀ ਇੱਥੇ ਅਵੇਲੇਬਲ ਆ। ਕੈਂਪਸ ਦੇ ਹਰ ਸਾਈਡ 'ਤੇ ਮੈਂ ਉਹਨੂੰ ਦੇਖਦਾ, ਮੈਂ ਪ੍ਰਿੰਟਿੰਗ ਮਸ਼ੀਨ ਲੱਗੀਆਂ, ਹਰ ਇੱਕ ਆਟੋਮੈਟਿਕ ਲਾਈਟ ਜਿਹੜੇ ਅਤੇ ਕਾਲਜ ਕਾਹਦਾ ਹੋਟਲ ਆ ਪੂਰਾ, ਅਤੇ ਆਟੋਮੈਟਿਕ ਲਾਈਟ ਆਨ ਹੋ ਜਾਂਦੀਆਂ, ਦੈਨ ਇੱਥੇ ਬਹਿ ਕੇ ਸਟੱਡੀ ਪੜ੍ਹ ਸਕਦੇ ਜੇ। ਬਟ ਕੁਆਇਟ ਏਰੀਆ 'ਚ ਆ, ਪਰ ਤੁਹਾਡੇ ਪਲੱਗ ਵੀ ਲੱਗੇ ਇੱਥੇ ਆਉਣ ਗਏ। ਆਈ ਥਿੰਕ ਮੈਨੂੰ ਅਸਲੀ ਫੀਲਿੰਗ ਆਉਂਦੀ ਪਈ ਹੈ ਵੀ ਮੈਂ ਕਿਸੇ ਕਾਲਜ 'ਚ ਆਇਆ, ਜਿੱਦਣ ਮੈਂ ਆਪਣੇ ਕਾਲਜ ਦੀ ਇਨਰੋਲਮੈਂਟ ਕਰਨ ਗਿਆ ਸੀ ਉਦੋਂ ਦੇ ਨਥਿੰਗ, ਕੁਛ ਨਹੀਂ ਆਇਆ ਵਧੀਆ। ਦਿਸ ਇਜ਼ ਮੱਚ ਬੈਟਰ, ਪਲੱਸ ਇੱਥੇ ਆਪਣੇ ਇੰਡੀਆ ਕਾਲਜ 'ਚ ਦੇਖਿਆ ਮੋਸਟ ਇੰਡੀਆ ਫੈਸਿਲਿਟੀਜ਼ ਅਵੇਲੇਬਲ ਨਹੀਂ ਹੁੰਦੀ ਸਟੂਡੈਂਟ ਦਾ, ਇੱਦਾਂ ਪ੍ਰੋਪਰ ਸਿਟਿੰਗ ਏਰੀਆ ਹੋਵੇ, ਦੈਨ ਸਾਰਾ ਕੁਛ ਲੈਪਟੋਪ ਵਗੈਰਾ ਯੂਜ਼ ਕਰਨ ਲਈ ਹੋਵੇ। ਜਿਮ ਤੱਕ ਵੀ ਇੱਥੇ ਹੈਗੇ, ਮੈਂ ਉੱਧਰ ਦੇਖਿਆ ਸੀ, ਆਈ ਥਿੰਕ ਜਿਮ ਹੀ ਆ ਵੀ, ਪਲੱਸ ਆ ਬਾਸਕਿਟਬਾਲ ਏਰੀਆ ਵੀ ਬਣਿਆ ਹੋਇਆ ਵਾ, ਹਰ ਚੀਜ਼ ਇੱਥੇ ਅਵੇਲੇਬਲ ਆ, ਪਲੱਸ ਕੈਫੇ ਵਗੈਰਾ ਵੀ ਵਿੱਚ, ਏਟੀਐਮ ਹੋਟਲ ਵੀ ਆ, ਬੇਸਿਕਲੀ ਜੋ ਸਟੂਡੈਂਟ ਨੂੰ ਚਾਹੀਦਾ ਕਲੱਬ ਵਗੈਰਾ ਵੀ ਵਿੱਚ ਹੀ ਆ, ਅਤੇ ਨਾਲ ਤੁਹਾਨੂੰ ਦੱਸਿਆ ਸਕੁਏਅਰ 1 ਮੋਲ ਵੀ ਲਾਗੇ ਹੀ ਆ ਇਹਦੇ। ਹਾਂ ਸਕੁਏਅਰ 1 ਮੋਲ, ਅਤੇ ਆਲ ਦਾ ਵੇ ਇੱਥੋਂ ਸਟਾਰਟ ਹੋ ਗਏ, ਇਹ ਮਤਲਬ ਇੱਥੋਂ ਸਟਾਰਟ ਹੋ ਗਏ, ਆਲ ਦਾ ਵੇ ਉੱਧਰ ਵੀ ਬੈਕ ਸਾਈਡ ਉਹ ਬਿਲਡਿੰਗਸ ਤੱਕ ਜਾਂਦਾ ਵਾ, ਅਤੇ ਦੈਨ ਉੱਧਰੋਂ ਪਿੱਛੇ ਉਹ ਵਾਲੀ ਬਿਲਡਿੰਗ ਲੱਗ ਜਾਣੀ ਕਿ ਬਹੁਤ ਵੱਡਾ ਮੋਲ ਆ। ਉੱਧਰ ਵੀ ਆਈ ਥਿੰਕ ਸੋ ਕਲਾਸੀ ਦਾ, ਅਤੇ ਆਹ ਲਾਊਂਜ ਏਰੀਆ, ਕਲਾਸੀ ਦਾ ਇੱਦਾਂ ਹਰ ਗਰੁੱਪ ਦੇ ਟੇਬਲ ਬਣੇ ਹੋਏ ਆ। ਇੱਧਰਲੀ ਸਾਈਡ ਆਈ ਥਿੰਕ ਬਾਸਕਿਟਬਾਲ ਕੋਰਟ ਆ ਸਾਹਮਣੇ, ਅਗਰ ਟੇਬਲ ਟੈਨਿਸ ਕਿਸੇ ਨੇ ਖੇਡਣਾ ਆ ਪਲੱਸ ਬੈਠਣ ਨੂੰ। ਵਿਊ ਚੈੱਕ ਕਰੋ ਯਾਰ, ਇੱਧਰਲੇ ਸਾਹਮਣੇ ਸਾਈਡ ਆ ਸਿਨੇਪੋਲਿਸ ਵੀ ਬਣਿਆ ਮੂਵੀਜ਼ ਵਗੈਰਾ ਵਾਸਤੇ ਵੇਖਣ ਜਾਣਾ, ਯਾਨੀ ਕਿ ਯਾਰਾ ਕਾਲਜ ਦੇ ਲਾਗੇ ਨਾ ਹਰ ਚੀਜ਼ ਐਂਟਰਟੇਨਮੈਂਟ ਵਾਸਤੇ ਹੈਗੀ ਤੁਹਾਡੇ ਕੋਲ ਐਂਟਰਟੇਨ। ਇੱਥੇ ਨਾ ਮਲਟੀਪਲ ਸਿਟਿੰਗ ਏਰੀਆ ਵਾ, ਤੁਸੀਂ ਕਿਤੇ ਵੀ ਬਹਿ ਕੇ ਆਪਣੇ ਫੋਨ ਨੂੰ ਚਾਰਜਰ ਲਾ ਸਕਦੇ ਜੇ, ਦੈਨ ਆਪਣਾ ਕੰਮ ਕਰ ਸਕਦੇ, ਕੋਈ ਵੀ ਪਲੱਸ ਐਂਟਰਟੇਨਮੈਂਟ ਦੇ ਸੋਰਸ ਵੀ ਬਹੁਤ ਆ। ਡੈਫੀਨੇਟਲੀ ਯਾਰ ਸਟੱਡੀ ਜ਼ਰੂਰ ਟਫ ਆ, ਬਟ ਅਗਰ ਸੇਮ ਟਾਈਮ ਦੇਖਿਆ ਜਾਵੇ ਫੈਸਿਲਿਟੀ ਸਾਨੂੰ ਬਹੁਤ ਆ ਇਸ ਕਾਲਜ 'ਚ, ਆਲਮੋਸਟ ਹਰ ਫੈਸਿਲਿਟੀਜ਼ ਅਵੇਲੇਬਲ ਆ। ਮੈਂ ਵੀ ਐਵੇਂ ਗਲਤੀ ਕਰ ਲਈ,
ਹੁਣ ਮੈਨੂੰ ਮੈਂ ਵੀ ਸੋਚ ਰਿਹਾ ਵੀ ਮੈਨੂੰ ਵੀ ਸੇਮ ਕਾਲਜ ਐਡਮਿਸ਼ਨ ਲੈਣੀ ਚਾਹੀਦੀ ਅਗਰ ਫਰਦਰ ਸਟੱਡੀ ਮੈਂ ਆਪਣੀ ਪਰਸਿਊ ਕਰੂੰ ਦੈਨ ਡੈਫੀਨੇਟਲੀ ਇਹ ਟੋਪ ਲਿਸਟ 'ਚ ਹੋਊਗਾ ਕਾਲਜ ਮੇਰੀ ਐਂਡ ਸਾਹਮਣੇ ਸਿੱਧਾ ਵਨ ਕਾਰਡ ਦਾ ਆਫਿਸ ਆ ਜਿਹੜੇ ਸਟੂਡੈਂਟਸ ਦੇ ਵਨ ਕਾਰਡ ਆਈਡੀ ਕਾਰਡ ਬਣਦੇ ਆ ਇੱਥੋਂ ਜਾ ਕੇ ਤੁਸੀਂ ਆਪਣੇ ਫੋਟੋ ਕਰਵਾਉਣੀ ਹੁੰਦੀ ਹੈ ਦੈਨ ਤੁਹਾਡੇ ਵਨ ਕਾਰਡ ਬਣ ਕੇ ਆਉਂਦਾ ਆ ਲੁੱਕ ਐਟ ਦੀ ਏਰੀਆ ਗਾਈਸ ਚੱਲੇ ਹਾਂ ਜੀ ਸਕੁਏਅਰ ਵਨ ਮਾਲ 'ਤੇ ਆ ਹੈਗੀ ਜੇਕਰ ਤੁਸੀਂ ਇੱਥੇ ਪਾਰਕਿੰਗ ਲਾਉਣੀ ਆ ਦੈਨ ਇੱਥੋਂ ਪਾਰਕਿੰਗ ਟਿਕਟ ਆਪਣੀ ਲੈ ਕੇ ਜਾਣੀ ਹੁੰਦੀ ਹੈ ਅਤੇ ਕਾਰ ਦੇ ਫਰੰਟ ਸ਼ੀਸ਼ੇ 'ਤੇ ਲਾਉਣੀ ਹੁੰਦੀ ਆ ਆਈ ਮੀਨ ਟੂ ਸੇ ਵੀ ਅੰਦਰ ਬਾਹਰ ਲਾਉਣੀ ਹੁੰਦੀ ਆ ਬਟ ਦਿਖਣੀ ਚਾਹੀਦੀ ਹੈ ਹੁਣ ਆਪਾਂ ਜਾ ਰਹੇ ਹਾਂ ਸਕੁਏਅਰ ਵਨ ਮਾਲ ਅਤੇ ਦੇਖਦੇ ਹਾਂ ਇੱਥੇ ਕੀ ਅਵੇਲੇਬਲ ਆ ਜਸਟ ਅਸੀਂ ਲੁੱਕ ਆਊਟ ਹੀ ਕਰਨ ਜਾ ਰਹੇ ਹਾਂ ਵਿੰਡੋ ਸ਼ੋਪਿੰਗ ਕਹਿ ਲਓ ਲੁੱਕ ਐਟ ਦ ਸਾਈਜ਼ ਆਫ ਮਾਲ ਯਾਰ ਜਿਵੇਂ ਇੰਡੀਗੋ ਦੇ ਜਹਾਜ਼ ਚੱਲਦੇ ਆ ਇੰਡੀਗੋ ਜੇ ਕਿਸੇ ਨੇ ਫਲਾਈਟ ਲੈਣੀ ਹੋਵੇ ਇੱਥੋਂ ਲੈ ਸਕਦੇ ਹਾਂ ਅਗਰ ਬੱਚਿਆਂ ਨੇ ਜਹਾਜ਼ ਲੈਣੇ ਹੋਣ ਇੰਡੀਗੋ ਕਿਡਸ ਤੋਂ ਸਟੂਡੈਂਟਸ ਵਾਸਤੇ ਬੱਚਿਆਂ ਵਾਸਤੇ ਜਹਾਜ਼ ਇੱਥੋਂ ਮਿਲਦੇ ਆ ਨਹੀਂ ਦੂਜਾ ਸੈਕਸ਼ਨ ਕਿਹੜੀ ਸਾਈਡ ਆ ਮੈਂ ਫਸਟ ਕਲਾਸਿਸ ਇੱਥੋਂ ਪਰਚੇਜ਼ ਕੀਤੀਆਂ ਹੁਣ ਅਸੀਂ ਥੋੜ੍ਹਾ ਜਿਹਾ ਮੋਲ ਐਕਸਪਲੋਰ ਕੀਤਾ ਸੀ ਜ਼ਿਆਦਾ ਅੱਗੇ ਨਹੀਂ ਗਏ ਬਿਕੋਜ਼ ਬੱਸ ਦਾ ਟਾਈਮ ਹੋ ਗਿਆ ਸੀ 5 ਮਿੰਟ 'ਚ ਸਾਡੀ ਬੱਸ ਆ ਅਗਰ ਅਸੀਂ ਇਹ ਬੱਸ ਮਿਸ ਕਰਦੇ ਦੈਨ ਸਾਨੂੰ 3 ਘੰਟੇ ਵੇਟ ਕਰਨਾ ਪੈਣਾ ਸੋ ਇਹਨਾਂ 'ਤੇ ਅਸੀਂ ਇੱਥੇ ਘੁੰਮ ਨਹੀਂ ਸਕਦੇ ਨੈਕਸਟ ਟਾਈਮ ਜਦੋਂ ਕਿਤੇ ਮੋਲ 'ਚ ਆਵਾਂਗੇ ਫਿਰ ਜ਼ਰੂਰ ਐਕਸਪਲੋਰ ਕਰਾਂਗੇ ਸਾਰਾ ਤੁਹਾਨੂੰ ਵਿਖਾਊਂਗਾ ਵੀ ਹਜੇ ਤਾਂ ਮੈਂ ਆਪ ਥੋੜ੍ਹਾ ਜਿਹਾ ਹੀ ਦੇਖਿਆ ਇੱਕ ਸੈਕਸ਼ਨ ਆ ਹਜੇ ਆਈ ਥਿੰਕ 80% ਪਾਰਟ ਜਿਹੜਾ ਇਹਦਾ ਦੇਖਣ ਵਾਲਾ ਆ ਕਾਫੀ ਅੱਗੇ ਹੋਰ ਵੀ ਵੱਡਾ ਵਾ ਸੋ ਹੁਣ ਚਲੋ ਆਪਾਂ ਚੱਲਦੇ ਹਾਂ ਹੁਣ ਜਲਦੀ ਬੱਸ ਪਿੱਕ ਕਰਦੇ ਹਾਂ ਦੈਨ ਕਰੇ ਜਾਣ ਅੱਜ ਮੈਂ ਆਪਣੀ ਬੀਐਡ ਵੀ ਟ੍ਰਿਮ ਕਰਨੀ ਸੋ ਦੈਟ ਟ੍ਰਿਮਰ ਵੀ ਅਜੇ ਬਾਏ ਕਰਨਾ ਜੇ ਮੈਂ ਕਿਤੇ ਟ੍ਰਿਮਰ ਨਹੀਂ ਬਾਏ ਕੀਤਾ ਅਤੇ ਅਗਰ ਮੈਂ ਬਾਰਬਰ ਸ਼ੋਪ 'ਤੇ ਜਾਂਦਾ ਆਈ ਡੋਂਟ ਨੋ ਦਾ ਪ੍ਰਾਈਜ਼ ਐਗਜੈਕਟ ਬਟ ਮੈਨੂੰ ਸਾਰਿਆਂ ਨੇ ਕਿਹਾ ਵੀ ਇੱਥੇ ਬਹੁਤ ਐਕਸਪੈਂਸਿਵ ਆ ਉਹ ਉਸ ਤੋਂ ਬੈਟਰ ਇਹ ਉਹਨੇ ਦਾ ਮੇਰਾ ਟ੍ਰਿਮਰ ਆ ਜਾਣਾ ਵਾ ਸੋ ਦੈਟ ਮੈਂ ਆਪੇ ਬੀਐਡ ਜੇਰੀਆ ਟ੍ਰਿਮ ਕਰ ਸਕਦਾ ਅਤੇ ਚੱਲਦੇ ਹਾਂ ਚਲੋ ਹੁਣ ਓਲਡ ਨੇਵੀ ਆਉਂਦੇ ਇੱਥੇ ਜਿਹੜੇ ਨੇਵੀ ਦੇ ਬੰਦੇ ਰਿਟਾਇਰ ਹੋ ਜਾਂਦੇ ਇੱਥੇ ਭਰਤੀ ਕੀਤੇ ਜਾਂਦੇ ਆ ਜਸਟ ਫੋਰ ਜੋਕਿੰਗ ਕੱਪੜਿਆਂ ਦਾ ਬ੍ਰਾਂਡ ਆ ਮੋਸਟਲੀ ਪਤਾ ਹੀ ਨਾ ਸਾਰਿਆਂ ਨੂੰ ਜਿਨ੍ਹਾਂ ਨੂੰ ਬਾਹਰੋਂ ਗਿਫਟ ਆਉਂਦੇ ਆ ਤੇ ਬਹੁਤ ਯੂਰ ਹੈਡ ਹੁਣ ਬੰਦਾ ਆਪਣਾ ਸਿਰ ਕਿੱਦਾਂ ਵੇਖੂ ਬਸ ਉਸ ਤੋਂ ਬਾਅਦ ਅਸੀਂ ਹੁਣ ਆ ਗਏ ਸੀ ਘਰੇ ਦੈਨ ਬੱਸ ਦੀ ਸਾਨੂੰ ਇੱਕ ਵਾਰੀ ਸਾਡੀ ਬੱਸ ਮਿਸ ਹੋ ਗਈ ਸੀ ਸੋ ਦੈਟ ਸਾਨੂੰ ਵੇਟ ਫੇਸ ਕਰਨਾ ਪੈਂਦਾ ਉੱਧਰੋਂ ਮੀਂਹ ਵੀ ਸਟਾਰਟ ਹੋ ਗਿਆ ਸੀ ਵੈਸੇ ਜਿੱਦਣ ਵੀ ਜਿਹੜਾ ਵੀ ਕੰਮ ਕਰਨ ਚਾਹੀਦਾ ਜਾਂ ਸਨੋ ਸਟੱਡੀ ਪੈਣ ਲੱਗਣੀ ਜਾਂ ਬਾਰਿਸ਼ ਸਟਾਰਟ ਹੋ ਜਾਂਦੀ ਸੋ ਬਾਅਦ ਆਣ ਕੇ ਮੈਂ ਰੈਸਟ ਕੀਤੀ ਥੋੜ੍ਹੀ ਦੇਰ ਦੈਨ ਬੈਡਮਿੰਟਨ ਖੇਡਿਆ ਫਿਰ ਪੂਲ ਖੇਡਿਆ ਹੁਣ ਵੇਖ ਸਕਦੇ ਬੈਡਮਿੰਟਨ ਖੇਡ ਕੇ ਆਇਆ ਥੋੜ੍ਹਾ ਜਿਹਾ ਸਵੈਟਿੰਗ ਹੋਈ ਪਈ ਆ ਹੁਣ ਬਸ ਨਾ ਤੋਂ ਕਿਤੇ ਫਰੈਸ਼ ਹੋ ਕੇ ਡਿਨਰ ਦਾ ਟਾਈਮ ਹੋ ਗਿਆ ਆਲਮੋਸਟ ਜਿਵੇਂ ਤੁਹਾਨੂੰ ਮੈਂ ਦੱਸਿਆ ਇੱਥੇ ਹਨੇਰਾ ਆਲਮੋਸਟ ਲੇਟ ਹੀ ਹੁੰਦਾ ਵਾ ਹੁਣ ਸੱਤ ਆਈ ਥਿੰਕ 6:45 ਹੋ ਚੁੱਕੇ ਆ ਅਜੇ ਕਾਫੀ ਚਾਂਦਨੀ ਆ ਬਾਹਰ ਵੇਖ ਸਕਦੇ ਤੁਸੀਂ ਅਤੇ ਬਸ ਅੱਜ ਦੀ ਵੀਡੀਓ 'ਚ ਨਹੀਂ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਵੀ ਕਰਿਓ ਸ਼ੇਅਰ ਜ਼ਰੂਰ ਕਰਿਓ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਨੀਚੇ ਮੇਰੇ ਡਿਸਕ੍ਰਿਪਸ਼ਨ 'ਚ ਇੰਸਟਾਗ੍ਰਾਮ ਹੈਂਡਲ ਦਾ ਲਿੰਕ ਦਿੱਤਾ ਉੱਥੇ ਜਾ ਕੇ ਇੰਸਟਾਗ੍ਰਾਮ 'ਤੇ ਜ਼ਰੂਰ ਫੋਲੋ ਕਰਿਓ ਕਿਉਂਕਿ ਮੈਂ ਮੋਸਟਲੀ ਉੱਥੇ ਜ਼ਿਆਦਾ ਐਕਟਿਵ ਰਹਿਣਾ ਵਾ ਦੈਨ ਸਨੈਪਚੈਟ 'ਤੇ ਵੀ ਐਡ ਕਰ ਦਿਓ ਇੰਸਟਾਗ੍ਰਾਮ 'ਤੇ ਤੁਹਾਨੂੰ ਸਨੈਪਚੈਟ ਦਾ ਵੀ ਯੂਜ਼ਰ ਨੇਮ ਮਿਲ ਜੂਗਾ ਸੋ ਥੈਂਕ ਯੂ ਵੈਰੀ ਮੱਚ